हेलो स्टूडेंट्स वेलकम अगेन आज ਦਾ ਵੀਡੀਓ ਨੰਬਰ 2 ਜਿਹੜਾ ਹੈ ਉਹ ਮੈਂ ਤੁਹਾਡੇ ਲਈ ਲੈ ਕੇ ਆਈਆਂ ਸੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਥ ਦੇ ਕੁਸ਼ਚਨ ਜਿਹੜੇ ਉਹ ਮਿਲਣਗੇ ਓਨਲੀ ਪੰਜਾਬੀ ਮੀਡੀਅਮ ਆ ਪ੍ਰੋਵਾਈਡ ਕਰ ਰਹੀ ਆ ਲਗਭਗ ਸੇਮ ਹੀ ਹੁੰਦਾ ਹੈ ਠੀਕ ਹੈ ਹਿੰਦੀ ਵੀ ਇੰਗਲਿਸ਼ ਮੀਡੀਅਮ ਵੀ ਕੋਈ ਵੀ ਚੇਂਜ ਜਿਹੜਾ ਉਹ ਨਹੀਂ ਹੋਏਗਾ ਤੁਸੀਂ ਪੜੋਗੇ ਤਾਂ ਤੁਹਾਨੂੰ ਸਮਝ ਆ ਜਾਏਗਾ ਬਾਕੀ ਜੇ ਕਿਸੇ ਨੂੰ ਸਮਝ ਨਹੀਂ ਆਉਂਦਾ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਮੈਨੂੰ ਦੱਸ ਦਿਓ ਮੈਂ ਤੁਹਾਨੂੰ ਇੰਗਲਿਸ਼ ਅਧੀਨ ਜਿਹੜੀ ਉਹ ਦੱਸ ਦਾਂਗੀ ਠੀਕ ਹੈ ਸੋ ਨੈਕਸਟ ਜਿਹੜਾ ਹੈ ਉਹ ਮੈਥ ਦੇ ਕੁਐਸਚਨਸ ਮੈਂ ਤੁਹਾਨੂੰ ਪ੍ਰੋਵਾਈਡ ਕਰ ਰਹੀ ਹਾਂ ਅਪਰੋਕਸੀਮੇਟ 30 ਕੁਐਸਚਨਸ ਜਿਹੜੇ ਨੇ ਉਹ ਆਪਾਂ ਕਰ ਰਹੇ ਹਾਂ ਸੀਰੀਜ਼ ਦੇ ਵਿੱਚ ਰਿਵੀਜ਼ਨ ਸੀਰੀਜ਼ ਜਿਹੜੀ ਆਪੀ ਚੱਲ ਰਹੀ ਹੈ ਸਾਇੰਸ ਦੇ ਤੀ ਕੁਐਸਚਨਸ ਮੈਂ ਸਵੇਰੇ ਤੁਹਾਨੂੰ ਪ੍ਰੋਵਾਈਡ ਕਰਤੇ ਸੀ ਹੁਣ ਮੈਸਜ ਹੈ ਤੇ ਉਸ ਤੋਂ ਬਾਅਦ ਆਪਾਂ ਇੰਗਲ ਜਿਨੇ ਵੀ ਕੁਐਸਚਨਸ ਹੋਣਗੇ ਉਹਨਾਂ ਦੇ ਅਨਸਰ ਮਿਲਣਗੇ ਤੁਹਾਨੂੰ ਕੱਲ ਕੱਲ ਯਾਨੀ ਕਿ ਜਿਹੜਾ ਨਵਾਂ ਵੀਡੀਓ ਆਏਗਾ ਉਹਦੇ ਤੋਂ ਪਹਿਲਾਂ ਮੈਂ ਤੁਹਾਨੂੰ ਸਾਰੇ ਅਨਸਰ ਜਿਹੜੇ ਨੇ ਉਹ ਪਾ ਦੇਾਂਗੀ ਇੱਕ ਸਲਾਈਡ ਬਣਾ ਕੇ ਤੁਸੀਂ ਚੈੱਕ ਕਰ ਲਿਓ ਤੇ ਅ ਨੈਕਸਟ ਜਿਹੜਾ ਹੈ ਉਹ ਨੈਕਸਟ ਕੁਐਸਚਨਸ ਜਿਹੜੇ ਆ ਉਹ ਵੀ ਮੈਂ ਤੁਹਾਨੂੰ ਪ੍ਰੋਵਾਈਡ ਕਰ ਦਾਂਗੀ ਇਹਦਾ ਪੀਡੀਐਫ ਜੇਕਰ ਤੁਹਾਨੂੰ ਚਾਹੀਦਾ ਤਾਂ ਇਹ ਤੁਹਾਨੂੰ ਮਿਲੇਗਾ ਅ ਟੈਲੀਗ੍ਰਾਮ ਦੇ ਉੱਪਰ ਪੀਐਸਸੀਬੀ ਸਟੱਡੀ ਐਂਡ ਇਨਫੋ ਤੁਸੀਂ ਲਿਖਿਓ ਟੈਲੀਗ੍ਰਾਮ ਦੇ ਉੱਪਰ ਉੱਥੇ ਤੁਹਾਨੂੰ ਜਿਹੜਾ ਉਹ ਚੈਨਲ ਸ਼ੋ ਜਿਹੜਾ ਉਹ ਹੋ ਜਾਏਗਾ ਸੋ ਬਾਕੀ ਜੇਕਰ ਤੁਸੀਂ ਇੱਥੋਂ ਹੀ ਕਰਨਾ ਚਾਹੁੰਦੇ ਹੋ ਤਾਂ ਇਹਨੂੰ ਜਿਹੜਾ ਹੈ ਉਹ ਪੋਜ਼ ਕਰ ਕਰਕੇ ਜਿਹੜਾ ਤੁਸੀਂ ਕਰ ਸਕਦੇ ਹੋ ਮਤਲਬ ਪੋਜ਼ ਕਰ ਲਓ ਜਿੱਦੋਂ ਤੁਸੀਂ ਕੁਐਸਚਨ ਦੇਖਣਾ ਹੈ ਜਿਵੇਂ ਪਹਿਲੇ 6 ਕੁਐਸਚਨ ਤੁਹਾਨੂੰ ਹੁਣ ਦਿਖ ਰਹੇ ਆ ਤੁਸੀਂ ਇੱਥੇ ਪੋਜ਼ ਕਰ ਲਓ ਸਾਰਿਆਂ ਨੂੰ ਸੋਲਵ ਕਰਕੇ ਆਪਦੇ ਆਨਸਰ ਮਾਰਕ ਕਰ ਲਓ ਉਸ ਤੋਂ ਬਾਅਦ ਅਗਲੇ ਜਿਹੜੇ ਨੇ ਉਹ ਤੁਹਾਨੂੰ ਮੈਂ 12 ਕੁਐਸਚਨ ਦਿਖਾਤੇ ਆ ਅਗਲੇ ਕੁਐਸਚਨ ਤੁਸੀਂ ਇੱਥੋਂ ਜਿਹੜਾ ਉਹ ਪ੍ਰਪੇਅਰ ਕਰ ਸਕ ਮਾਰਕ ਕਰ ਸਕਦੇ ਹੋ ਇੱਥੋਂ ਤੁਸੀਂ ਸੋਲਵ ਕਰ ਲਓ ਹੌਲੀ ਹੌਲੀ ਪੋਜ਼ ਕਰਕੇ ਠੀਕ ਹੈ ਤੇ ਆਪਦੇ ਆਨਸਰ ਜਿਹੜੇ ਨੇ ਉਹ ਕਾਪੀ ਦੇ ਉੱਪਰ ਮਾਰਕ ਕਰ ਲਓ ਇੱਕ ਇੰਪੋਰਟੈਂਟ ਸੀਰੀਜ਼ ਜਿਹੜੀ ਹੋ ਰਹੀਗੀ ਮੈਰੀਟੋਰੀਅ ਸਕੂਲਸ ਦੇ ਇਗਜ਼ਾਮ ਤੱਕ ਜਿਹੜੀ ਹੈ ਇੰਪੋਰਟੈਂਟ ਸੀਰੀਜ਼ ਜਿਹੜੀ ਇਹ ਰਹੇਗੀ ਜਦ ਤੱਕ ਇਹ ਪੇਪਰ ਨਹੀਂ ਹੋ ਜਾਂਦਾ ਮੈਕਸਿਮਮ ਤੋਂ ਮੈਕਸਿਮਮ ਕੁਐਸਚਨ ਜਿਹੜੇ ਆਪਾਂ ਡਿਸਕਸ ਕਰਨ ਦਾ ਕੋਸ਼ਿਸ਼ ਜਿਹੜੀ ਉਹ ਇਸ ਵੀਡੀਓ ਦੇ ਵਿੱਚ ਕਰਾਂਗੇ ਸੋ ਕਾਫੀ ਟਾਈਮ ਤੱਕ ਮੈਂ ਸਲਾਈਡ ਜਿਹੜੀ ਉਹ ਰੱਖੀ ਹੈ ਤਾਂ ਜੋ ਤੁਸੀਂ ਪਾਜ਼ ਕਰਕੇ ਆਰਾਮ ਨਾਲ ਇਹਨੂੰ ਜਿਹੜਾ ਉਹ ਕਰ ਸਕੋ ਸੋ ਨੈਕਸਟ ਕੁਐਸਚਨ ਜਿਹੜੇ ਨੇ ਉਹ ਤੁਹਾਡੀ ਸਕਰੀਨ ਦੇ ਉੱਪਰ ਆ ਚੁੱਕੇ ਨੇ ਐਦਾਂ ਹੀ ਜਿਹੜੇ ਨੇ ਉਹ 30 30 ਅ ਨੋਟਬੁੱਕ ਦੇ ਵਿੱਚ ਕਰ ਲਓ ਸਾਇੰਸ ਦੇ ਤੇ ਮੈਥ ਦੇ ਇੰਗਲਿਸ਼ ਦੇ ਤਾਂ ਜੋ ਤੁਹਾਡੀ ਰਿਵੀਜ਼ਨ ਜਿਹੜੀ ਆ ਉਹ ਸੁਪਰ ਫਾਸਟ ਹੋ ਜਾਏ ਆਪਦੇ ਫਰੈਂਡਸ ਦੇ ਨਾਲ ਵੀ ਇਹਨੂੰ ਸ਼ੇਅਰ ਕਰਿਓ ਤਾਂ ਜੋ ਉਹਨਾਂ ਦੀ ਤਿਆਰੀ ਜਿਹੜੀ ਹੈ ਉਹ ਵੀ ਵਧੀਆ ਤਰੀਕੇ ਨਾਲ ਹੋ ਜਾਏ ਮੈਕਸਿਮਮ ਮਾਰਕਸ ਜਿਹੜੇ ਨੇ ਉਹ ਤੁਹਾਡੇ ਆ ਜਾਣ ਸੋ ਇਸ ਤਰ੍ਹਾਂ ਦੇ ਕੁਐਸਚਨ ਜਿਹੜੇ ਨੇ ਉਹੀ ਜਿਹੜੇ ਨੇ ਪੇਪਰ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ ਕੁਝ ਵੀ ਨਿਊ ਜਿਹੜਾ ਨਹੀਂ ਹੁੰਦਾ ਪੀਐਸਸੀਬੀ ਦੀ ਬੁੱਕ ਦੇ ਵਿੱਚੋਂ ਹੀ ਇਹੀ ਕੁਐਸਚਨ ਬਣਾਏ ਗਏ ਨੇ ਇਹ ਕੁਐਸਚਨ ਜਿਹੜੇ ਨੇ ਇਹ ਯਾ ਤਾਂ ਪ੍ਰੀਵੀਅਸ ਈਅਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਪੇਪਰਾਂ ਦੇ ਵਿੱਚ ਆਏ ਹੋਏ ਨੇ ਜਾਂ ਫਿਰ ਜਿਹੜਾ ਹੈ ਉਹ ਮੈਰਿਟੋਰੀਅ ਸਕੂਲ ਦੇ ਇਗਜ਼ਾਮ ਦੇ ਵਿੱਚ ਆਏ ਹੋਏ ਨੇ ਸੋ ਜੇਕਰ ਤਿਆਰੀ ਵਧੀਆ ਕਰਨੀ ਹੈ ਤਾਂ ਪ੍ਰੀਵੀਅਸ ਈਅਰ ਕੁਐਸਚਨਸ ਪੇਪਰ ਜਿਹੜੇ ਨੇ ਉਹ ਤੁਸੀਂ ਕਰ ਲਓ ਠੀਕ ਹੈ ਟੈਲੀਗ੍ਰam ਦਾ ਨਾਮ ਮੈਂ ਦਿੰਦਾ ਹੈ that is PSEB study and info ਤੁਸੀਂ ਟਾਈਪ ਕਰਨਾ ਹੈ ਉਹਦੇ ਉੱਪਰ ਜਿਹੜਾ ਉਹ ਤੁਹਾਡਾ ਚੈਨਲ ਜਿਹੜਾ ਹੈ ਉਹ ਸ਼ੋ ਹੋ ਜਾਏਗਾ ਠੀਕ ਹੈ ਉਸ ਤੋਂ ਬਾਅਦ ਨੈਕਸਟ ਕੁਐਸਚਨ ਮੈਂ ਤੁਹਾਨੂੰ ਦੇਤੇ ਇਹਦੇ ਵਿੱਚ ਜਿਹੜਾ ਹੈ ਤੁਹਾਡੇ ਟਰੂ ਫਾਲਸ ਦੇ ਕੁਸ਼ਚਨ ਵੀ ਮੈਂ ਇਨਕਲੂਡ ਕੀਤੇ ਹੈ ਕਈ ਵਾਰੀ ਸਹੀ ਗਲਤ ਵੀ ਪੁੱਛ ਲੈਂਦੇ ਆ ਤਿੰਨ ਚਾਰ ਆਪਸ਼ਨ ਦੇ ਵਿੱਚ ਦਿੰਦੇ ਆ ਸਹੀ ਹੈ ਗਲਤ ਹੈ ਪਤਾ ਨਹੀਂ ਜਾਂ ਕੋਈ ਵੀ ਨਹੀਂ ਠੀਕ ਹੈ ਇਹ ਚਾਰ ਆਪਸ਼ਨਸ ਦੇ ਦਿੰਦੇ ਆ ਤਾਂ ਬੱਚਾ ਜਿਹੜਾ ਉਹ ਕਨਫਿਊਜ਼ ਹੋ ਜਾਂਦਾ ਤਾਂ ਉਸ ਤਰ੍ਹਾਂ ਦੇ ਆਨਸਰ ਵੀ ਮੈਂ ਤੁਹਾਨੂੰ ਕੁਸ਼ਚਨ ਆਨਸਰ ਵੀ ਦਿੱਤੇ ਇਹਦੇ ਵਿੱਚ ਜਿਆਦਾ ਡਿਫਰੈਂਸ ਨਹੀਂ ਆ ਇੰਗਲਿਸ਼ ਦਾ ਤੇ ਜੇਕਰ ਫਿਰ ਵੀ ਤੁਹਾਨੂੰ ਥੋੜੀ ਬਹੁਤ ਇਸ਼ੂਸ ਆਂਦੇ ਨੇ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ ਮੈਂ ਉੱਥੇ ਤੁਹਾਨੂੰ ਜਿਹੜਾ ਉਹ ਦੱਸ ਦਾਂਗੀ ਠੀਕ ਹੈ ਸੋ ਇਹ ਤੁਹਾਡੇ ਜਿਹੜੇ ਨੇ 16 ਕੁਐਸਚਨ ਤੁਹਾਡੇ ਮਲਟੀਪਲ ਚੋਇਸ ਦਿੱਤੇ ਸੀ ਉਸ ਤੋਂ ਬਾਅਦ ਕੁਐਸਚਨ ਨੰਬਰ 2 ਦੇ ਵਿੱਚ ਤੁਹਾਨੂੰ ਜਿਹੜੇ ਨੇ ਉਹ ਮੈਂ ਟਰੂ ਫਾਲਸ ਦਿੱਤੇ ਟਰੂ ਫਾਲਸ ਵੀ ਜਿਹੜੇ ਨੇ ਉਹ ਤੁਹਾਡੇ 8 ਟਰੂ ਫਾਲਸ ਦਿੱਤੇ ਹੋਏ ਨੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਹੈ ਉਹ ਮੈਂ ਤੁਹਾਨੂੰ ਦਿੱਤਾ ਹੈ ਫਿਲਿੰਗ ਦਾ ਬਲੈਂਕਸ ਫਿਲ ਇਨ ਦਾ ਬਲੈਂਕਸ ਦੇ ਵਿੱਚ ਐਜ਼ ਇਟ ਇਜ਼ ਕੁਐਸਚਨ ਆ ਜਾਂਦਾ ਕਿਉਂਕਿ ਇਹ ਵੀ ਉਦਾਂ ਦੇ ਹੀ ਕੁਐਸਚਨਸ ਜਿਹੜੇ ਨੇ ਉਹ ਹੈਗੇ ਆ ਚਾਰ ਆਪਸ਼ਨਸ ਤੁਹਾਨੂੰ ਦਿੱਤੀਆਂ ਨੇ ਉਹਨ ਸੋ ਪੇਪਰ ਤੋਂ ਰਿਲੇਟਡ ਹੋਣ ਕੋਈ ਵੀ ਡਾਊਟ ਜਿਹੜੇ ਨੇ ਉਹ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਕੱਲ ਆਪਾਂ ਇੱਕ ਕੰਪਲੀਟ ਵੀਡੀਓ ਬਣਾ ਕੇ ਮੈਂ ਤੁਹਾਡੇ ਸਾਰੇ ਡਾਊਟਸ ਜਿਹੜੇ ਨੇ ਚਾਹੇ ਐਡਮਿਟ ਕਾਰਡ ਤੋਂ ਰਿਲੇਟਡ ਹੈ ਚਾਹੇ ਉਹ ਮੀਡੀਅਮ ਤੋਂ ਰਿਲੇਟਡ ਹੈ ਚਾਹੇ ਉਹ ਕੁਐਸਚਨ ਪੇਪਰ ਕਿੱਦਾਂ ਦਾ ਹੈ ਉਸ ਤੋਂ ਰਿਲੇਟਡ ਹੈ ਡਿਫਿਕਲਟੀ ਕਿੰਨੀ ਹੋਏਗੀ ਉਸ ਤੋਂ ਰਿਲੇਟਡ ਹੈ ਕਿਸੇ ਵੀ ਤਰ੍ਹਾਂ ਦੇ ਡਾਊਟ ਜਿਹੜੇ ਨੇ ਉਹ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਜਿਹੜਾ ਉਹ ਡਿਸਕਸ ਕਰ ਲਾਂਗੇ ਸੋ ਤੁਸੀਂ ਮੈਕਸਿਮਮ ਤੋਂ ਮੈਕਸਿਮਮ ਜਿਹੜਾ ਹੈ ਤਿਆਰ ਕਰੋ ਅੱਜ ਆਪਣੀ 6 ਤਾਰੀਖ ਹੋ ਗਈ ਆਪਣੇ ਕੋਲ 5-6 ਦਿਨ ਪਏ ਔਰ ਦਿੱਲੀ ਦੇ ਤੁਸੀਂ 30 ਕੁਐਸਚਨ ਕਰੋਗੇ ਤਾਂ ਅਪਰੋਕਸੀਮੇਟ ਜਿਹੜਾ ਤੁਹਾਡੇ 150 ਕੁਐਸਚਨ ਤਿਆਰ ਹੋ ਜਾਣੀ ਉਹਨਾਂ 150 ਦੇ ਵਿੱਚੋਂ ਕਾਫੀ ਸਾਰਾ ਪੇਪਰ ਆਣ ਦੇ ਜਿਹੜੇ ਚਾਂਸਸ ਨੇ ਉਹ ਹੁੰਦੇ ਆ ਕਿਉਂਕਿ ਟੋਟਲ 35 ਕੁਐਸਚਨ ਆਣੇ ਨੇ ਆਪਾਂ 150 ਕਰਕੇ ਜਾਵਾਂਗੇ ਤਾਂ ਮੈਕਸਿਮਮਲੀ ਆਪਾਂ ਕਹਿ ਸਕਦੇ ਆਂ ਕਿ ਜਿਆਦਾ ਜਿਆਦਾ ਕੁਐਸਚਨ ਉਹਦੇ ਵਿੱਚੋਂ ਨਿਕਲ ਸਕਦੇ ਆ ਸੋ ਅੱਜ ਦੇ ਵੀਡੀਓ ਵਿੱਚ ਐਨ ਨਹੀਂ ਨੈਕਸਟ ਵੀਡੀਓ ਦੇ ਵਿੱਚ ਮਿਲਾਂਗੇ ਨਵੀਂ ਕੁਐਸਚਨਸ ਦੇ ਨਾਲ